23 ਮਾਡਲ ਆ ਗਿਆ ਬਿਲਕੁਲ ਟਰੈਕਟਰ ਜਿੰਨੇ ਲੈਣਾ ਲਵੇ ਤੇ 60 ਦੀ ਕੀ ਰੇਟ ਚੱਲਦਾ ਜੀ 60 ਹੈਗਾ ਜੀ 1756 ਦਾ ਮਾਰਕੀ ਕੰਪਨੀ ਦਾ ਰੇਟ ਹੈ ਹਾਂਜੀ ਬਾਹਰ ਹੀ ਵੇਚਦੇ ਪਿਆ 16,65,70 ਦਾ ਸਾਡਾ ਦਾਵਾ ਅਸੀਂ ਸਭ ਤੋਂ ਸਸਤੇ ਟਰੈਕਟਰ ਵੇਚਦੇ ਹਾਂ ਜੀ ਅਸਲਾਮ ਅਲੈਕਮ ਜੀ ਜੀ ਵਾਲੇਕੁਮ ਸਲਾਮ ਜੀ ਸਰ ਆਪਣਾ ਤਾਰਾ ਤਰਾਉ ਜੀ ਪਹਿਲੇ ਮੇਰਾ ਨਾਮ ਮਲਕ ਨਵੀਦ ਹੈ ਜੀ ਅੱਛਾ ਜੀ ਆਪਣਾ ਮਲਕ ਸਾਈਡ ਫਾਰਮ ਤੇ ਆਪਾਂ ਖੜੇ ਆ ਜੀ ਹਾਂਜੀ ਤੇ ਮਲਕ ਸਾਈਡ ਫਾਰਮ ਦਾ ਤਾਰਫ ਕਰਾਓ ਥੋੜਾ ਜਿਹਾ ਸਾਨੂੰ ਜੀ ਕਦੋਂ ਤੋਂ ਨੌਰ ਦੇ ਵਿੱਚ ਸ਼ੋਰੂਮ ਹੈ ਜੀ ਇਹ ਜੀ 1975 ਤੇ ਸਾਡਾ ਕਾਰ ਤੋਂ ਚੱਲ ਰਿਹਾ ਸਾਡਾ ਕਾਰੋਬਾਰ ਅੱਛਾ ਜੀ ਇਸ ਮਾਰਕੀਟ ਸਭ ਤੋਂ ਪੁਰਾਣਾ ਸਾਡਾ ਸ਼ੋਰੂਮ ਜਿੱਦਾਂ ਮਿਲਤ ਫੈਕਟਰੀ ਸਟਾਰਟ ਹੋਈ ਹੈ ਹਾਂ ਉਦੋਂ ਦਾ ਹੀ ਹੈ ਜੀ ਯਾਨੀ ਕਿ ਉਦੋਂ ਹੀ ਹੈ ਪਹਿਲੇ ਤੇ ਮੇਰੇ ਖਿਆਲ ਅਲਗਾਜੀ ਦੇ ਟਰੈਕਟਰ ਵੀ ਬਣਦੇ ਸਨ ਹਾਂਜੀ ਅਲਗਾਜੀ ਦੇ ਬਾਅਦ ਮਿਲਤ ਤੇ ਅਲੱਗਾ ਹੋ ਗਿਆ ਅਲਗਾਜੀ ਵਾਲੇ ਹਾਂਜੀ ਬਿਲਕੁਲ 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 ਪਹਿਲੇ ਮੇਰਾ ਰਾਣਾ ਟਰੈਕਟਰ ਸੀ ਹਾਂਜੀ ਸਾਹਿਬਾਲ ਦਾ ਕੋਈ ਦੱਸ ਰਿਹਾ ਕਿ ਉਹਨੇ ਕੰਮ ਸਟਾਰਟ ਕੀਤਾ ਰਾਣਾ ਖਦਾਦ ਹਾਂਜੀ ਉਹਨੇ ਬਣਾਈ ਸੀ ਹਾਂਜੀ ਫਿਰ ਭੁੱਟੋ ਨੇ ਨੈਸ਼ਨਲਾਈਜ਼ ਕਰ ਦਿੱਤੀ ਹਾਂਜੀ ਫਿਰ ਦੁਬਾਰਾ ਨਵਾਜ਼ ਸ਼ਰੀਫ ਨੇ 1993 ਦੇ ਵਿੱਚ ਦੁਬਾਰਾ ਪ੍ਰਾਈਵੇਟਾਈਜ਼ ਕਰ ਦਿੱਤਾ ਸਹੀ ਤੇ ਬਾਕੀ ਦੱਸੋ ਕਿ ਟਰੈਕਟਰਾਂ ਦੇ ਅੱਜ ਕੱਲ ਕਿਸ ਤਰ੍ਹਾਂ ਰੇਟ ਕਿਵੇਂ ਚੱਲਦੇ ਪਏ ਆ ਅਗਰ 85 ਦੀ ਗੱਲ ਕਰੀਏ ਕਿੰਨੇ ਦਾ ਮਿਲਦਾ ਕਿਉਂਕਿ ਇਹ ਜੋ 60 ਤੇ 85 ਜਾਂਦਾ ਜਿਵੇਂ ਜਿਵੇਂ ਡਾਲਰ ਮਹਿੰਗਾ ਹੁੰਦਾ ਐਵੇਂ ਐਵੇਂ ਹਰ ਚੀਜ਼ ਮਹਿੰਗੀ ਹੁੰਦੀ ਜਾਂਦੀ ਹੈ ਟਰੈਕਟਰ ਵੀ ਮਹਿੰਗੇ ਹੋ ਰਹੇ ਨੇ ਪਰ ਹੁਣ ਤੇ 23-87 ਰੇਟ ਹੈ ਜੀ 385 ਦਾ ਹਾਂਜੀ 23,87,500 ਹਾਂਜੀ ਤੇ ਫਿਲਹਾਲ ਇੱਕ ਕੰਟਰੋਲ ਰੇਟ ਤੇ ਹਾਂਜੀ ਬਰਾਬਰ ਹੀ ਜਾ ਰਿਹਾ ਬਸ 23 ਮਾਡਲ ਟਰੈਕਟਰ ਆ ਗਏ ਵੈਸੇ ਹਾਂਜੀ ਹੁਣ ਲੋਕ 23 ਮਾਡਲ ਲੈ ਰਹੇ ਨੇ ਕਾਗਜ਼ ਵੀ 23 ਤੇ ਟਰੈਕਟਰ ਉੱਤੇ ਵੀ 23 ਲਿਖਿਆ ਹੈ ਕੋਈ ਜਦੋਂ ਸੀਜ਼ਨ ਆਏਗਾ ਨਾ ਉਦੋਂ ਟਰੈਕਟਰ ਤੇ ਆਉਣ ਚੱਲ ਜਾਂਦਾ ਹੁਣ ਟਰੈਕਟਰ ਲੈਣ ਦਾ ਮੌਕਾ ਹੈ ਜੀ ਬਿਲਕੁਲ ਕਿਸੇ ਕੋਲ ਪੈਸੇ ਹੈ ਟਰੈਕਟਰ ਹੈ ਜਿਹੜਾ ਪਾਉਂਦਾ ਅੱਛਾ 26 ਵਾਲਾ ਤੇ ਚੋਕ ਵਾਲਾ ਜਿਹੜਾ ਉਹ ਚੋਕ ਵਾਲਾ 18 ਲੱਖ ਅੰਦਰ ਦਾ ਰੇਟ 18 ਲੱਖ ਦੀ ਬਾਹਰ ਸੇਲ ਕਰ ਰਹੇ ਹਾਂ ਅੱਛਾ ਭਾਈ ਦੱਸੋ ਕਿ ਟਰੈਕਟਰਾਂ ਤੋਂ ਇਲਾਵਾ ਜਿਹੜੇ ਤੁਸੀਂ ਜ਼ਰਈ ਹਾਲਾਤ ਨੇ ਆਪਣੇ ਕੋਲ ਕਿਹੜੇ ਕਿਹੜੇ ਜ਼ਰਈ ਹਾਲਾਤ ਸਾਡੇ ਕੋਲ ਹਰ ਕਿਸਮ ਦੇ ਜ਼ਰਈ ਹਾਲਾਤ ਹੈਗੇ ਨੇ ਹਾਂਜੀ ਖਾਸ ਤੌਰ ਤੇ ਜਿਹੜੇ ਟੋਨ ਨਹੀਂ ਬਣਾਉਂਦੇ ਹਾਂਜੀ ਉਹਨਾਂ ਦੇ ਜਿਹੜੇ ਮਸ਼ੀਨਰੀ ਚਾਹੀਦੀ ਹੁੰਦੀ ਹੈ ਨਾ ਸਹੀ ਮਸਲਨ ਵਾਟਰ ਟੈਂਕ ਸਹੀ ਰੋਡ ਸਾਫ ਕਰਨ ਵਾਲਾ ਠੇਕੇਦਾਰ ਅਗਰ ਆ ਜਿਹੜੇ ਤੁਸੀਂ ਹਾਂਜੀ ਕੰਮ ਕਰਦੇ ਆ ਫਰੰਟ ਲੋਡਰ ਫਰੰਟ ਬਲੇਡ ਹਰ ਜ਼ਰਈ ਅਲਾ ਸਾਰੇ ਸਾਡੇ ਕੋਲ ਹੁੰਦੇ ਨੇ ਬਾਕੀ ਅਸੀਂ ਤੁਹਾਡਾ ਨੰਬਰ ਸ਼ੇਅਰ ਕਰ ਦਿੰਦੇ ਆ ਦੋਸਤਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਚੀਜ਼ ਚਾਹੀਦੀ ਹੋਵੇ ਅਸੀਂ ਹਾਜ਼ਰ ਹਾਂ ਜੀ ਰੇਟ ਕਿਸ ਤਰ੍ਹਾਂ ਦਾ ਆਪਣਾ ਯਾਨੀ ਕਿ ਸਾਡਾ ਦਾਵਾ ਅਸੀਂ ਸਭ ਤੋਂ ਸਸਤੇ ਟਰੈਕਟਰ ਵੇਚਦੇ ਆ ਇੱਥੇ ਸਹੀ ਘੱਟ ਪ੍ਰੋਫਿਟ ਲੈ ਕੇ ਅਸੀਂ ਇਹ ਕਾਰੋਬਾਰ ਕਰ ਰਹੇ ਹਾਂ ਮਾਸ਼ਾਅੱਲਾ ਜੀ ਬਾਕੀ ਆਪਣੇ ਕੋਲ ਭਾਈ ਦੀ ਆਦ ਕੰਮ ਕਰਦੇ ਨੇ ਹੋਰ ਬੜਾ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ ਤੁਹਾਡੇ ਸ਼ੋਰੂਮ ਤੇ ਕੰਮ ਹਾਂਜੀ ਤੇ ਬਾਕੀ ਮਲਕ ਸਹੀ ਫਾਰਮ ਦੇ ਟਰੈਕਟਰ ਖੜੇ ਆ ਜੀ ਅੰਦਰ 260 ਖੜਾ ਹੈ 85 ਵੀ ਆਏ ਨੇ 23 ਮਾਡਲ ਆ ਗਏ ਨੇ ਆਪਣੇ ਕੋਲ ਆ ਗਿਆ ਜੀ ਆ ਗਿਆ ਜੀ ਉਹਦੇ ਕੀ ਫਰਕ ਆ ਜੀ 23 ਚ ਬਸ 23 ਦੇ ਕਾਗਜ਼ ਨੂੰ ਵੀ ਉੱਤੇ ਲਿਆ ਜਿਹਦਾ ਚੇਸਿਸ ਨੰਬਰ ਚੇਂਜ ਹੋ ਜਾਂਦਾ ਹੈ ਤੂੰ ਖੜਾ ਹੈ ਟਰੈਕਟਰ ਹਾਂਜੀ ਇਹ ਦੇਖੋ 23 ਮਾਡਲ ਆ ਜੀ ਆਪਣੇ ਕੋਲ 60 ਹਾਂਜੀ ਇਹ ਦੇਖੋ ਇਹਨੂੰ ਬਾਰੋ ਇੱਥੇ ਖੜਾ ਜੀ ਇਹਦੇ ਨਾਲ ਇਹਨੂੰ ਚੋਕ ਵਾਲਾ ਪੰਪ ਆ ਇਹ ਦੇਖੋ ਸੋਲਾਂ ਸਤਾਰਾਂ ਦੇ ਨੇ ਦੂਸਰੇ ਸ਼ਹਿਰਾਂ ਚ ਔਰ ਮਜ਼ੀਦ ਜਿਹੜੇ ਕਿ ਅੱਛਾ ਕੰਮ ਕਰ ਰਹੇ ਨੇ ਜੀ ਔਰ ਜ਼ਰਈ ਹਾਲਾਤ ਜਿਹੜੇ ਇਹਨਾਂ ਕੋਲ ਤੁਸੀਂ ਜਿਹੜਾ ਵੀ ਜ਼ਰਈ ਹਾਲਾਤ ਚਾਹੀਦਾ ਤੁਹਾਨੂੰ ਉਹਨਾਂ ਕੋਲ ਦਸਤਿਆਬ ਹੈ ਜੀ ਉਹ ਤੁਹਾਨੂੰ ਮਿਲੇਗਾ ਜੀ ਹਰ ਚੀਜ਼ ਗਰੰਟੀ ਵਾਰੰਟੀ ਨਾਲ ਮਿਲੇਗੀ ਹਾਂਜੀ ਗਰੰਟੀ ਵੀ ਉਹਦੀ ਮਿਲੇਗੀ ਵਾਰੰਟੀ ਵੀ ਮਿਲੇਗੀ ਔਰ ਟਰੈਕਟਰ ਦਾ ਵੀ ਯਾਨੀ ਕਿ ਸ਼ੋਰੂਮ ਹੈ ਜੀ ਔਰ ਬੜਾ ਪੁਰਾਣਾ ਸ਼ੋਰੂਮ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਮਲਕ ਸਈਦ ਫਾਰਮ ਭਾਈ ਰਿਆਜ਼ ਜੱਟ ਜਿਹੜੇ ਕਿ ਇੱਥੇ ਛੱਤਾਂ ਤਿਆਰ ਕਰਦੇ ਨੇ ਜ਼ਰਈ ਹਾਲਾਤ ਦਿੰਦੇ ਨੇ ਉਹ ਵੀ ਇਹਨਾਂ ਦੇ ਕੋਲ ਹੀ ਕੰਮ ਕਰ ਰਹੇ ਨੇ ਜੀ ਅਤੇ ਇੱਧਰ ਨਾ ਭਾਈ ਰਿਆਜ਼ ਖੜੇ ਨੇ ਦੋਸਤੋ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਦਾ ਸ਼ੁਕਰੀਆ ਅੱਲਾ